डेंगू के प्रकोप नू नत्थ पाउण लई सेहत विभाग ने कसी कमर। ये मच्छर बन ही ना रही, जिदा मच्छर जिहड़ा वा एक हफ्ते दे विच बन के तैयार हो जाता है। ते साडा पहली एक्टिविटी ये है कि अहीं मच्छर बन ना दईए, उहदा लार्वा ही डिस्ट्रॉय कर। लार्वा डिस्ट्रॉय करन लई अवेयरनैस कैंप जिहड़े आ हर पिंड दे विच लगा रहे हैं। साडे हैल्थ वर्कर जिहड़े ने उह घर घर जाके सर्वे कर रहे हैं, लोगों नूं अवेयर कर रहे हैं। जो किसी जरा मच्छर कट जाता है उस तो बाद फिर जो लक्षण ने बहुत तेज़ बुखार आएगा, सिर दर्द होएगी, मांसपेशियां दर्द होएगी, अखों के पिछले हिस्से से दर्द होएगी। फिर कुछ केसिस इदा भी होता कि मसूड़ियों चो ब्लीडिंग हो सकती है, नक् चो खून वग सकता है। ये लक्षण ने अनकुआलीफाइड बंदे को कि मेडिकल स्टोर तो दवाई लैके उन्होंने इस बारे इन्नी नॉलेज नहीं होंगी, वो इस तरह की दवाई दे देगा कि जिसने साडे ब्लीडिंग के चांस होर वजन गए अंदर तो बाहर बॉडी च। इस करके ये ब्लीड जी मेडिसिन वो सरकारी हस्पताल में क्वालीफाइड डॉक्टर को टेस्ट करवा के ही लेनी चाहिए। पंजाब च लगातार डेंगू के बढ़ रहे केसों तो चिंतित होए SMO फतेहगढ़ चूड़िया लखविंदर सिंह की अगवाई हेठ सेहत विभाग वालों एक व्यापक मुहिम शुरू की गई है, जिसके तहत लोगों को डेंगू की इस भयानक बीमारी तो जागरूक करवाया जा रहा है। गलबात दौरान सीनियर मेडिकल अफसर फतेहगढ़ चूड़िया डॉक्टर लखविंदर सिंह ने दसा कि पहले स्टैप ते उन्हां दी कोशिश है कि वह पिंड पिंड जा के सैमीनार कर लोगों नूं जागरूक कर रहे हैं कि डेंगू का मच्छर ना बनन दिता जाए। दूजे स्टैप ते उन्हां वल्लों लोगों नूं इह जानकारी मुहैया करवाई जा रही है कि कीड़ियां कीड़ियां वो थावां ने जिन्हां ते डेंगू का मच्छर पैदा हो सकता है। उदाहरण के तौर पर SMO साहब ने कहा कि डिस्पोजेबल पानी के ग्लास कई बार असी थोड़ा पानी पी के सुट देंदे हां, जेकर ज़्यादा दिन वह पानी उस प्लास्टिक के ग्लास विच रहे ਤਾਂ ਉੱਥੇ ਹੀ ਡੇਂਗੂ ਦਾ ਲਾਰਵਾ ਪੈਦਾ ਹੋ ਜਾਂਦਾ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਘਰਾਂ ਦੇ ਵਿੱਚ ਗਮਲਿਆਂ ਦੇ ਵਿੱਚ ਲੋਕ ਸਾਵਧਾਨੀ ਰੱਖਣ, ਗਮਲਿਆਂ ਦੇ ਵਿੱਚ ਵੀ ਪਾਣੀ ਖੜ੍ਹਾ ਨਹੀਂ ਹੋਣਾ ਚਾਹੀਦਾ, ਉੱਥੇ ਵੀ ਡੇਂਗੂ ਦਾ ਲਾਰਵਾ ਹੋ ਸਕਦਾ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਦੁਕਾਨਾਂ 'ਤੇ ਵੀ ਸਾਨੂੰ ਧਿਆਨ ਰੱਖਣ ਦੀ ਜ਼ਰੂਰਤ ਹੈ ਕਿ ਕਿਤੇ ਟਾਇਰਾਂ ਦੇ ਵਿੱਚ ਵੀ ਪਾਣੀ ਨਾ ਖਲੋਤਾ ਹੋਵੇ। ਇਸ ਮੌਕੇ SMO ਲਖਵਿੰਦਰ ਸਿੰਘ ਨੇ ਵੀ ਕਲੀਅਰ ਕਰ ਦਿੱਤਾ ਕਿ ਡੇਂਗੂ ਦਾ ਮੱਛਰ ਸਾਫ ਪਾਣੀ ਤੋਂ ਪੈਦਾ ਹੁੰਦਾ ਹੈ। ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਫਤਿਹਗੜ੍ਹ ਚੂੜੀਆ ਔਰ ਇਲਾਕੇ ਦੇ ਲਈ ਉਹਨਾਂ ਦਾ ਸਰਕਾਰੀ ਹੋਸਪਿਟਲ ਬਿਲਕੁਲ ਤਿਆਰ ਹੈ ਔਰ ਉਹਨਾਂ ਨੇ ਅਲੱਗ ਅਲੱਗ ਤੋਂ ਡੇਂਗੂ ਦੇ ਮਰੀਜ਼ਾਂ ਦੇ ਲਈ ਇੱਕ ਵਾਰਡ 'ਤੇ ਦਵਾਈਆਂ ਦਾ ਵੀ ਉਚਿਤ ਪ੍ਰਬੰਧ ਕਰ ਲਿਆ। ਦੇਖੋ, ਸਤਿ ਸ਼੍ਰੀ ਅਕਾਲ ਬਾਦ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਕਿ ਡੇਂਗੂ ਦੇ ਮੈਨੇਜਮੈਂਟ ਲਈ ਆਪਾਂ 3 ਸਟੈਪ 'ਚ ਉਹਨਾਂ ਨੂੰ ਮੈਨੇਜ ਕਰ ਰਹੇ ਹਾਂ ਡੇਂਗੂ ਦੀ ਰੋਕਥਾਮ ਲਈ। ਪਹਿਲਾ ਸਟੈਪ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਅਸੀਂ ਇਹਦੇ ਸੋਰਸ ਨੂੰ ਹੀ ਡਿਸਟਰਾਏ ਕਰ ਦਿੱਤਾ ਜਾਵੇ ਕਿ ਮੱਛਰ ਬਣ ਹੀ ਨਾ ਰਹੀਏ। ਜਿੱਦਾਂ ਮੱਛਰ ਜਿਹੜਾ ਵਾ ਇੱਕ ਹਫ਼ਤੇ ਦੇ ਵਿੱਚ ਬਣ ਕੇ ਤਿਆਰ ਹੋ ਜਾਂਦਾ ਹੈ। ਅਤੇ ਸਾਡਾ ਪਹਿਲੀ ਐਕਟੀਵਿਟੀ ਇਹ ਹੈ ਕਿ ਅਸੀਂ ਮੱਛਰ ਬਣ ਨਾ ਦਈਏ, ਉਹਦਾ ਲਾਰਵਾ ਹੀ ਡਿਸਟਰਾਏ ਕਰ ਦਈਏ। ਪਹਿਲੇ ਸਟੈਪ 'ਤੇ ਅਸੀਂ ਉਹਨੂੰ ਕੰਟਰੋਲ ਕਰਨ ਲਈ, ਲਾਰਵਾ ਡਿਸਟਰਾਏ ਕਰਨ ਲਈ ਅਵੇਅਰਨੈਸ ਕੈਂਪ ਜਿਹੜੇ ਆ ਹਰ ਪਿੰਡ ਦੇ ਵਿੱਚ ਲਗਾ ਰਹੇ ਹਾਂ। ਸਾਡੇ ਹੈਲਥ ਵਰਕਰ ਜਿਹੜੇ ਨੇ ਉਹ ਘਰ ਘਰ ਜਾ ਕੇ ਸਰਵੇ ਕਰ ਰਹੇ ਨੇ, ਲੋਕਾਂ ਨੂੰ ਅਵੇਅਰ ਕਰ ਰਹੇ ਨੇ ਕਿ ਜਿਹੜਾ ਅਵੇਅਰਨੈਸ ਕ੍ਰੀਏਟ ਕਰ ਰਹੇ ਨੇ ਕਿ ਲਾਰਵਾ ਜਿੱਥੇ ਵੀ ਲਾਰਵਾ ਮਿਲਦਾ ਘਰਾਂ 'ਚ ਉਹਨਾਂ ਲਾਰਵਾ ਵੀ ਡਿਸਟਰਾਏ ਕਰ ਰਹੇ ਨੇ। ਪਹਿਲਾ ਸਟੈਪ ਤਾਂ ਇਹ ਹੈ। ਫਿਰ ਅਸੀਂ ਸਕੂਲਾਂ ਦੇ ਵਿੱਚ ਐਕਟੀਵਿਟੀ ਕਰ ਰਹੇ ਹਾਂ। ਲੋਕਾਂ ਵਿੱਚ ਬੜੀ ਗਲਤ ਫਹਿਮੀ ਪਾਈ ਜਾਂਦੀ ਆ ਕਿ ਜਿਹੜਾ ਡੇਂਗੂ ਹੈ ਇਹ ਸ਼ਾਇਦ ਕਾਲੇ ਮੱਛਰ ਤੋਂ ਹੁੰਦਾ, ਗੰਦੀਆਂ ਥਾਵਾਂ ਤੋਂ ਜਿਹੜਾ ਮੱਛਰ ਪੈਦਾ ਹੁੰਦਾ ਉਹ ਕੱਟਿਆ ਹੁੰਦਾ, ਡਿਸਪੋਜੇਬਲ ਗਲਾਸ ਹੀ ਹੈ ਉਹਦੇ ਵਿੱਚ ਪਾਣੀ ਕਈ ਵਾਰੀ ਸੁੱਟ ਦਿੰਦੇ ਹਾਂ, ਪੀ ਕੇ ਪਾਣੀ ਕੋਈ ਚੀਜ਼ ਖਾ ਕੇ ਸੁੱਟ ਦਿੰਦੇ ਹਾਂ, ਉੱਤੋਂ ਬਾਰਿਸ਼ ਹੋ ਜਾਂਦੀ ਹੈ ਉਹਦੇ ਵਿੱਚ ਥੋੜ੍ਹਾ ਜਿਹਾ ਪਾਣੀ ਇਕੱਠਾ ਹੋ ਜਾਂਦਾ, ਉਨੇ ਪਾਣੀ 'ਚ ਵੀ ਇਹ ਲਾਰਵਾ ਜਿਹੜਾ ਵਾ ਪੈਦਾ ਹੋ ਜਾਂਦਾ। ਇਸ ਤੋਂ ਇਲਾਵਾ ਜਿਸ ਤਰ੍ਹਾਂ ਘਰਾਂ 'ਚ ਗਮਲੇ ਨੇ, ਜਿੱਦਾਂ ਬਾਹਰ ਜਿਹੜੀਆਂ ਟਾਇਰਾਂ ਵਾਲੀਆਂ ਦੁਕਾਨਾਂ ਨੇ ਟਿਊਬ ਨੇ, ਟਾਇਰਾਂ ਦੇ ਵਿੱਚ ਜਿਹੜਾ ਵਾ ਪਾਣੀ ਜਿੱਥੇ ਇਕੱਠਾ ਹੋਏਗਾ ਉੱਥੇ ਲਾਰਵਾ ਬਣ ਜਾਏਗਾ। ਛੱਤਾਂ ਦੇ ਉੱਪਰ ਅਸੀਂ ਗਮਲੇ ਰੱਖੇ ਹੁੰਦੇ ਆ, ਉਹ ਗਮਲਿਆਂ ਦੇ ਵਿੱਚ ਵੀ ਜੇ ਪਾਣੀ ਅਸੀਂ ਹਫ਼ਤੇ ਬਾਅਦ ਉਹਨੂੰ ਚੇਂਜ ਨਹੀਂ ਕਰਦੇ ਤਾਂ ਉੱਥੇ ਵੀ ਲਾਰਵਾ ਪੈਦਾ ਹੋ ਜਾਏਗਾ। ਘਰਾਂ ਦੇ ਵਿੱਚ ਅਸੀਂ ਮਨੀ ਪਲਾਂਟ ਲਗਾਏ ਦੇ ਆ, ਮਨੀ ਪਲਾਂਟ ਦੇ ਵਿੱਚ ਵੀ ਜੇ ਅਸੀਂ ਪਾਣੀ ਨਹੀਂ ਚੇਂਜ ਕਰਦੇ ਉੱਥੇ ਵੀ ਲਾਰਵਾ ਜਿਹੜਾ ਬਣ ਜਾਏਗਾ।
इस करके साडा जिहड़ा डिपार्टमेंट का साडे वल्लों पूरी एक्टिविटी की जा रही है कि हफ्ते में एक बार ड्राई डे मनाया जाए। ड्राई डे मनाने का मकसद यही है कि 7 दिन तो पहले पहले ही अं वो साइकिल को तोड़ दीए तो लार्वा डस्ट आए कर दीए ताकि मच्छर बनने ना दिए। हाँ जिहड़ा ये जो किसी जिहड़ा मच्छर कट जाता है उस तो बाद फिर जिहड़े लक्षण ने बहुत तेज़ बुखार आएगा, सिर दर्द होएगी, मांसपेशियां नूं दर्द होएगी, अखां दे पिछले हिस्से च दर्द होएगी, फिर कुछ केसिस विच इदां भी हो जांदा कि मसूड़ियां चों ब्लीडिंग हो सकदी है, नक चों खून वग सकदा है। ये इहदे लक्षण ने कि जे किसी नूं इदां दे लक्षण हुंदे आ जां बुखार चढ़दा तां इन्हां दिनां दे विच तुरंत सरकारी हस्पताल विच आओ, उत्थे साडे कोल इहदा सैल काउंटर लगा हुआ है। पहले तो सैल टैसट किए जाते हैं, उस तो बाद डेंगू का जिहड़ा फीवर लई कन्फर्मेशन लई सैंपल जिहड़ा साडे बटाला लैब है उत्थे एलाइजा टैसट किया जाता है जिथे कि साडा कन्फर्म होकर इहदी रिपोर्ट आ जाती है। इलाज लई सानू सब तो ज़्यादा जरूरी है कि अपने आप सानू दवाइया स्टोर तो लैके जां किसी भी अनकुआलीफाइड बंदे को लैके इहदी दवाई नहीं खानी चाहिए, क्योंकि इहदे विच पहले ही सैल प्लेटलेट सैल होंगे जोड़े पहले ही घटे होंगे। अगर अं अनकुआलीफाइड बंदे को जा के मेडिकल स्टोर तो दवाई लैके उन्होंने इस बारे इन्नी नॉलेज नहीं होंगी, वो इस तरह की दवाई दे देगा जिद साडे ब्लीडिंग के चांस होर वध जाएंगे अंदर तो बाहर बॉडी च। इस करके ये ब्लीड जी मेडिसिन वो सरकारी हस्पताल क्वालीफाइड डॉक्टर को टैसट करवा के ही लेनी चाहिए है।